ਦੇ ਸਿਵਲ ਹਸਪਤਾਲ ਵਿੱਚ ਬਣੇ ਕੈਦੀ ਵਾਰਡ ਵਿੱਚ ਆਪਣੀ ਡਿਊਟੀ ਦੇ ਰਹੀਆਂ ਦੋ ਸਟੂਡੈਂਟ ਨਾਲ ਨਸ਼ੇ ਦੀ ਹਾਲਤ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਮਿਸ ਬਿਹੇਵ ਕਰਨ ਦੀ ਖਬਰ ਸਾਹਮਣੇ ਆਈ। ਹਸਪਤਾਲ ਦੇ SMO ਵੱਲੋਂ ਕੀਤੀ ਗਈ ਸ਼ਿਕਾਇਤ ਤੇ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਮੌਜੂਦ ਪੁਲਿਸ ਚੌਂਕੀ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕੋਈ ਵੀ ਲਿਖਤੀ ਸ਼ਿਕਾਇਤ ਦਰਜ ਨਹੀਂ ਹੋਈ। ਸਾਡੇ ਸਿਵਲ ਹਸਪਤਾਲ ਦੇ ਵਿੱਚ ਇੱਕ ਪ੍ਰਿਜ਼ਨਰ ਵਾਰ ਬਣਿਆ ਹੋਇਆ ਜਿੱਥੇ ਪੰਜਾਬ ਪੁਲਿਸ ਦੇ ਸਿਕਿਉਰਿਟੀ ਗਾਰਡ ਉੱਥੇ ਤੈਨਾਤ ਹੁੰਦੇ ਆ। ਉੱਥੇ ਦੋ ਕੈਦੀ ਦਾਖਲ ਸੀ। ਰਾਤ ਨੂੰ ਦੋ ਸਟੂਡੈਂਟ ਉਹਨਾਂ ਦੀ ਮੈਡੀਕੇਸ਼ਨ ਕਰਨ ਗਏ ਤਾਂ ਉਹਨਾਂ ਦਾ ਇੱਕ ਜਸਵਿੰਦਰ ਸਿੰਘ ਨਾਮ ਦਾ ਹੈੱਡ ਕੋਂਸਟੇਬਲ ਸੀ ਜੀ, ਦਾਰੂ ਪੀਤੀ ਹੋਈ ਸੀ। ਉਹਨਾਂ ਨੇ ਸਟੂਡੈਂਟਾਂ ਦਾ ਮਿਸਬਿਹੇਵ ਕੀਤਾ, ਅੰਦਰੋਂ ਨੇ ਕੁੰਡਾ ਵੀ ਲਗਾਇਆ ਸਟੂਡੈਂਟਾਂ ਮੁਤਾਬਿਕ। ਉਦੋਂ ਬਾਅਦ ਸਟੂਡੈਂਟ ਬਾਹਰ ਆ ਗਏ ਅਤੇ ਉਦੋਂ ਬਾਅਦ ਬੰਦੇ ਨੇ ਆ ਕੇ ਹੈੱਡ ਕੋਂਸਟੇਬਲ ਨੇ ਸਟਾਫ ਨਰਸਾਂ ਨਾਲ ਮਿਸਬਿਹੇਵ ਕੀਤਾ। ਉਹਨਾਂ ਨੇ ਤੁਰੰਤ ਰਿਪੋਰਟ ਮੌਕੇ 'ਤੇ ਡਿਊਟੀ 'ਤੇ ਹਾਜ਼ਰ EMO ਡਾਕਟਰ ਜੋਬਨਪ੍ਰੀਤ ਨਾਲ ਗੱਲ ਕੀਤੀ ਤਾਂ ਉਹਦੀ ਇਤਲਾਹ ਪੁਲਿਸ ਚੌਕੀ ਜੋ ਸਿਵਲ ਹਸਪਤਾਲ 'ਚ ਹੈਗੀ ਉਹਦੇ ਵਿੱਚ ਉਹਨਾਂ ਨੂੰ ਇਤਲਾਹ ਕੀਤੀ ਗਈ। ਉਹਨਾਂ ਨੇ ਪੁਲਿਸ ਵਾਲਾ ਬੰਦੇ ਨੂੰ ਪਕੜ ਲਿਆ, ਉਹਦਾ ਡਾਕਟਰੀ ਮੁਲਾਜ਼ਾ ਵੀ ਕਰਵਾ ਲਿਆ ਡਾਕਟਰ ਜੋਬਨਪ੍ਰੀਤ ਤੋਂ, ਪਰ ਅੱਗੇ ਕਾਰਵਾਈ ਕੋਈ ਨਹੀਂ ਕੀਤੀ। ਅਸੀਂ ਕੱਲ੍ਹ ਵੀ ਪੁਲਿਸ ਚੌਕੀ ਨੂੰ ਹਦਾਇਤ ਕੀਤੀ ਵੀ ਇੱਥੇ ਕਾਰਵਾਈ ਕੀਤੀ ਜਾਵੇ, ਪਰ ਸਾਡੇ ਹਿਸਾਬ ਨਾਲ ਹਾਲੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅਸੀਂ ਸਾਡੀ ਲੈਟਰ ਤਿਆਰ ਹੋ ਰਹੀ ਹੈ, ਅਸੀਂ SSP ਸਾਹਿਬ ਨੂੰ ਲੈਟਰ ਭੇਜ ਰਹੇ ਹਾਂ ਤਾਂ ਕਿ ਉੱਥੇ ਬਣਦੀ ਕਾਰਵਾਈ ਕੀਤੀ ਜਾਵੇ। ਸਾਡੇ ਮੈਡੀਕਲ ਵਾਰਡ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਹੈਗਾ ਜਿਹੜਾ ਪ੍ਰਿਜ਼ਨ ਵਾਰਡ ਬਣਾਇਆ ਹੋਇਆ, ਉੱਥੋਂ ਦਾ ਇੰਸੀਡੈਂਸ ਹੈਗਾ। ਇਹ ਤਕਰੀਬਨ ਰਾਤ ਨੂੰ 12:30 ਦੀ ਹੈ। ਸਟੂਡੈਂਟ ਤਾਂ ਯੰਗ ਸਟੂਡੈਂਟ ਹੀ ਆ, ਸਟੂਡੈਂਟ 17-20 ਸਾਲ ਦੇ। ਇਹ ਸਾਡੇ ਕਾਲਜ ਦਾ ਨਾਮ ਤਾਂ ਮੇਰੇ ਹੁਣ ਇਸ ਟਾਈਮ ਦਿਮਾਗ 'ਚ ਨਹੀਂ ਹੈ। ਸਾਡੇ ਕੋਲ ਕਾਫੀ ਕਾਲਜਾਂ ਦੇ ਸਟੂਡੈਂਟ ਆਉਂਦੇ ਆ ਤਾਂ ਉਹ ਚੀਜ਼ ਦਾ ਕੋਈ ਮੈਟਰ ਵੀ ਨਹੀਂ ਕਰਦੀ ਵੀ ਕਿਹੜੇ ਕਾਲਜ ਦੇ ਸੀਗੇ, ਨਾ ਹੀ ਅਸੀਂ ਜ਼ਿਆਦਾ ਡਿਸਕਲੋਜ਼ ਕਰਨਾ ਚਾਹੁੰਦੇ ਹਾਂ ਸਟੂਡੈਂਟ ਦੇ ਨਾਮ, ਕਾਲਜ ਦਾ ਨਾਮ। ਠੀਕ ਹੈ ਨਹੀਂ, ਹਾਂ ਸਾਡੀ ਲੈਟਰ ਤਿਆਰ ਹੈ, 5-7 ਮਿੰਟ 'ਚ SSP ਸਾਨੂੰ ਭੇਜ ਰਹੇ ਹਾਂ ਲੈਟਰ। ਉੱਥੇ ਉਹਨਾਂ ਮੁਤਾਬਿਕ ਦੋ ਪੁਲਿਸ ਮੁਲਾਜ਼ਮ ਸੀ, ਦੋ ਕੈਦੀ ਸੀ। ਨਹੀਂ ਕੰਪਲੇਂਟ, ਲਿਖਤੀ ਕੰਪਲੇਂਟ ਨਹੀਂ ਕੋਈ ਆਈ ਸਰ, ਲਿਖਤੀ ਕੰਪਲੇਂਟ ਨਹੀਂ ਕੋਈ ਆਈ। SMO ਸਾਹਮਣੇ ਕਿਆ ਕੰਪਲੇਂਟ ਦਿੱਤੀ ਹੋਈ ਹੈ? ਕੌਣ ਜੀ ਕਹਿੰਦਾ ਚੌਕੀ ਇੰਚਾਰਜ? ਨਹੀਂ ਇੰਚਾਰਜ ਆਉਂਦੇ ਰਾਜਪਾਲ ਜੀ ਦੇ ਧਿਆਨ 'ਚ, ਉਹਨਾਂ ਦੱਸ ਦਿੰਦੇ ਸਰ ਕੀ ਕਹਿੰਦੇ। ਧਿਆਨ 'ਚ ਕੋਈ ਮਾਮਲਾ ਨਹੀਂ ਜੀ? ਨਹੀਂ ਰਾਜਪਾਲ ਜੀ ਦੇ ਧਿਆਨ 'ਚ ਦੱਸ ਦਿੰਦੇ ਸਾਨੂੰ ਆ ਕੇ ਸਰ। ਨਹੀਂ ਲੜਕੀ ਵਾਲਾ ਕੋਈ ਮਾਮਲਾ ਧਿਆਨ 'ਚ ਨਹੀਂ? ਰਾਜਪਾਲ ਜੀ ਦੇ ਧਿਆਨ 'ਚ ਨਾ ਜੀ, ਮੈਂ ਤੁਹਾਨੂੰ ਦੱਸਿਆ ਆਉਂਦੇ ਨੇ ਉਹ, ਸਾਰੀ ਗੱਲ ਦੱਸ ਦਿੰਦੇ ਉਹ। ਤੁਹਾਡੇ ਨਹੀਂ? ਉਹਨਾਂ ਦੇ ਸਾਰੇ ਧਿਆਨ 'ਚ ਇਹ ਗੱਲ ਹੁੰਦੀ। ਤੁਹਾਡੀ ਕੀ ਪੋਸਟ ਇੱਥੇ? ਮੈਂ ਇੱਥੇ ਤਫਤੀਸ਼ੀ ਲੱਗਿਆ ਜੀ ਇੱਥੇ। ਹਾਂਜੀ, ਤੁਹਾਡੇ ਧਿਆਨ 'ਚ ਕੋਈ ਕੰਪਲੇਂਟ? ਰਾਜਪਾਲ ਜੀ ਸਰ ਆਉਂਦੇ, ਸਾਰੀ ਗੱਲ ਉਹ ਤੁਹਾਨੂੰ ਡਿਟੇਲ ਦੱਸ ਦਿੰਦੇ ਸਰ। ਤੁਹਾਨੂੰ SMO ਸਾਹਮਣੇ ਕਿਹਾ ਵੀ ਅਸੀਂ ਸਿਵਲ ਹਸਪਤਾਲ ਦੀ ਚੌਕੀ ਨੂੰ ਦੇਤੀ ਹੈ ਕੰਪਲੇਂਟ। ਅੱਛਾ ਜੀ, ਧਿਆਨ 'ਚ ਹੈ ਕਿ ਨਹੀਂ? ਨਹੀਂ ਕੰਪਲੇਂਟ ਨਹੀਂ ਸਰ, ਲਿਖਤੀ ਕੋਈ ਆਈ ਹਾਲੇ? ਲਿਖਤੀ ਕੰਪਲੇਂਟ ਨਹੀਂ? ਲਿਖਤੀ ਕੰਪਲੇਂਟ ਨਹੀਂ ਆਈ। ਹਾਂਜੀ।